ਮੰਮਾ ਮੇਰੀ ਹੀਲ ਨਹੀਂ ਮਿਲੀ ਜਾਂਦੀ ਉੱਥੇ ਪਈ ਹੈ ਕੈਬਨਟ ਵਿੱਚ ਦੇਖ ਤਾਂ ਲੈ ਜਰਾ ਥੱਲੇ ਵਾਲੀ ਕੈਬਨਟ ਵਿੱਚ ਮੈਂ ਤਾਂ ਦੇਖ ਲਈ ਪਤਾ ਨਹੀਂ ਰੇਖਾ ਆਂਟੀ ਕਿੱਥੇ ਰੱਖ ਜਾਂਦੇ ਆ ਦੇਖ ਲਫਾਫੇ ਚ ਪਾ ਕੇ ਰੱਖੀ ਵੀ ਹੈ ਥੱਲੇ ਵਾਲੀ ਕੈਬਨਟ ਚ ਦੇਖ ਨਹੀਂ ਤਾਂ ਮੈਂ ਆ ਜਾਨੀ ਆ ਜਾਂ ਦੇਖ ਜਰਾ ਚੱਜ ਨਾਲ ਕੁਝ ਦਿਖਦਾ ਨਹੀਂ ਇਹਨਾਂ ਨੂੰ ਜਮਾ ਵੀ ਨਾ ਮੇਰੇ ਤੋਂ ਬਿਨਾ ਤਾਂ ਯਾ ਮੰਮਾ ਮੈਨੂੰ ਤਾਂ ਨਹੀਂ ਮਿਲੀ ਤੁਸੀਂ ਦੇਖ ਦੋ ਤੈਨੂੰ ਉੱਥੇ ਹੀ ਪਈ ਹੈ ਜਰਾ ਦੇਖ ਲੈਣੀ ਤਾਂ ਨਹੀਂ ਪਈ ਆ ਮੈਂ ਜਾ ਮੇਰੇ ਤੋਂ ਬਿਨਾ ਤਾਂ ਇਹਨਾਂ ਨੂੰ ਨਾ ਕੋਈ ਚੀਜ਼ ਨਹੀਂ ਦਿਖਦੀ ਸੱਚੀ ਮੰਮਾ ਮੇਰੀ ਵਾਈਟ ਟੀ-ਸ਼ਰਟ ਦੇਖੀ ਹੈ ਕਿਹੜੀ ਵਾਈਟ ਟੀ-ਸ਼ਰਟ ਜਿਹੜੀ ਮੈਂ ਪਾਉਂਦਾ ਨਹੀਂ ਮੈਂ ਤਾਂ ਸਾਰਾ ਘਰ ਲੱਭ ਲਿਆ ਪਰ ਮੈਨੂੰ ਤਾਂ ਮਿਲੀ ਨਹੀਂ ਆਂਦੀ ਇੱਥੇ ਪਈ ਹੈ ਅਲਮਾਰੀ ਦੇ ਵਿੱਚ ਕੱਲ ਆਈ ਹੈ ਪ੍ਰੈਸ ਹੋ ਕੇ ਜਰਾ ਆ ਦੇਖਾਂ ਮੈਨੂੰ ਤਾਂ ਨਹੀਂ ਮਿਲੀ ਆ ਦੇਖ ਹੈਂਗਰ ਚ ਟੰਗੀ ਪਈ ਹੈ ਵਾਈਟ ਟੀ-ਸ਼ਰਟ ਹੈ ਚੱਜ ਦੀਆਂ ਚੀਜ਼ਾਂ ਰੱਖੀਆਂ ਹੋਈਆਂ ਨਾ ਅਲਮਾਰੀ ਵਿੱਚ ਤੁਹਾਨੂੰ ਕਿੱਥੋਂ ਦਿਖਣ ਹੈ ਮੈਂ ਢੰਗ ਨਾਲ ਸਾਰਾ ਕੁਝ ਰੱਖਦੀ ਹਾਂ ਤੇ ਤੁਸੀਂ ਸਾਰਾ ਕੁਝ ਉਥਲ ਪੁਥਲ ਕੇ ਰੱਖਦੇ ਹੋ ਤੁਹਾਨੂੰ ਕਿੱਥੋਂ ਲੱਭਿਆ ਆ ਪਈ ਹੋਈ ਹੈ ਆ ਲੈ ਪਕੜ ਬੈਗ ਰੱਖੀ ਹੈ ਕਿਤੇ ਬੈਲਟ ਉੱਥੇ ਹੀ ਹੋਣੀ ਹੈ ਕਿਤੇ ਮੰਜੇ ਤੇ ਦੇਖੋ ਤਾਂ ਸਹੀ ਜਰਾ ਐਨੀਆਂ ਬੈਲਟਾਂ ਪਈਆਂ ਹੋਣੀਆਂ ਇੱਧਰ ਉੱਧਰ ਹੋ ਗਈ ਹੋਣੀ ਹੈ ਕਿਤੇ ਹੇਠਾਂ ਉੱਤੇ ਦੇਖ ਲਓ ਜਰਾ ਸੱਚੀ ਮੈਨੂੰ ਤਾਂ ਤਿਆਰ ਕੋਈ ਹੋਣੀ ਨਹੀਂ ਨਾ ਦੰਦਾ ਇਸ ਘਰ ਦੇ ਵਿੱਚ ਸਾਰਾ ਕੁਝ ਮੈਨੂੰ ਹੀ ਪਤਾ ਹੁੰਦਾ ਉੱਤੇ ਦੇਖੋ ਜਰਾ ਮੰਜੇ ਦੇ ਥੱਲੇ ਹੋਣੀ ਹੈ ਨਹੀਂ ਤਾਂ ਆ ਕੇ ਦੇਖ ਲੈਣੀ ਹੈ ਜਰਾ ਮਮਾ ਤੁਸੀਂ ਹਜੇ ਵੀ ਤਿਆਰ ਨਹੀਂ ਹੋਏ ਸਾਰੇ ਜਿਨੇ ਖੜੇ ਹੋਏ ਆ ਫਿਰ ਮਾਹੀ ਚਿਕ ਚਿਕ ਕਰੇਗਾ ਕਿ ਤੁਸੀਂ ਲੇਟ ਹੋ ਨਹੀਂ ਤੇ ਮੈਂ ਦੱਸ ਕੀ ਕਰਾਂ ਹੈ ਜਦੋਂ ਦੀ ਮੈਂ ਤਿਆਰ ਹੋਣੀ ਤੁਹਾਡਾ ਕੁਝ ਲੱਗਦਾ ਨਹੀਂ ਮੇਰੇ ਤੋਂ ਬਿਨਾਂ ਮੈਨੂੰ ਤਾਂ ਲੱਗਣਗੇ ਨਾ ਹੁਣ 5 ਮਿੰਟ ਮੈਨੂੰ ਤਿਆਰ ਹੋਣ ਵੀ ਦਿੱਤੇ ਤੁਸੀਂ ਹੈ 2 ਮਿੰਟਾਂ ਵਿੱਚ ਆਣੀ ਪਈਆਂ ਬਸ ਉਹਨੂੰ ਤਾਂ ਐਵੇਂ ਹੀ ਲੱਗੀ ਰਹਿੰਦੀ ਹਮੇਸ਼ਾ ਹੀ ਮੇਰੇ ਤੇ ਚੜਨ ਲੱਗ ਜਾਂਦੇ ਫਿਰ ਸਾਰੇ ਤੇ ਤੁਹਾਨੂੰ ਹਰ ਵਾਰੀ 5 ਮਿੰਟ ਲੱਗਦੇ ਆ ਤਾਂ ਵੀ ਤੁਹਾਡਾ ਘੰਟਾ ਹੋ ਜਾਂਦਾ ਤਿਆਰ ਹੁੰਦੇ ਨੇ ਮੈਨੂੰ ਵਿੱਚੋਂ ਸਾਰਿਆਂ ਨੂੰ ਤਾਂ ਪਤਾ ਦੇਖ ਕੇ ਦੇਖਣਾ ਪੈਂਦਾ ਹੈ ਹਰ ਇੱਕ ਦਾ ਸਮਾਨ ਤਾਂ ਮੈਨੂੰ ਪਤਾ ਹੁੰਦਾ ਚਲੋ ਨਸਲੀ ਵਾਲੇ 5 ਮਿੰਟ ਲੱਗਣਗੇ ਉਹ ਘੰਟਾ ਹੀ ਬਸ ਥੋੜਾ ਜਿਹਾ ਹੋ ਗਈ ਤਿਆਰ ਬਸ ਥੋੜਾ ਹੈਲੋ ਗਾਇਸ अगर आप भी अपनी मम्मी को ऐसे ही तंग करते हो ना तो उनको ये वीडियो जरूर दिखाना ठीक है और लाइक शेयर जरूर करना और सब्सक्राइब करना मत भूलना।